ਮਸਲਾ ਇਹ ਵੇ, ਕਿਉਂਕਿ ਕੁਰਬਾਨੀ ਦੀ ਈਦ ਕਰੀਬ ਹੈ ਅਤੇ ਇਹ ਕੁਰਬਾਨੀ ਤੋਂ ਪਹਿਲੇ ਪਹਿਲੇ ਇਹ ਜ਼ਰੂਰੀ ਮਸਾਇਲ ਜਿਹੜੇ ਨੇ ਉਹ ਇਨਸਾਨ ਨੂੰ ਪਤਾ ਹੋਣਾ ਚਾਹੀਦਾ। ਜਿਹਨੇ ਕੁਰਬਾਨੀ ਕਰਨੀ ਹੈ ਉਹਨੂੰ ਵੀ ਪਤਾ ਹੋਣਾ ਚਾਹੀਦਾ, ਜਿਹਨੇ ਨਹੀਂ ਕਰਨੀ ਉਹਨੂੰ ਵੀ ਇਲਮ ਹੋਣਾ ਚਾਹੀਦਾ ਕਿ ਸ਼ਰੀਅਤ ਕੀ ਕਹਿੰਦੀ ਹੈ, ਇਸਲਾਮ ਕੀ ਕਹਿ ਰਿਹਾ। ਪਹਿਲੇ ਨੰਬਰ 'ਤੇ ਪਹਿਲਾ ਮਸਲਾ 'ਤੇ ਸਮਾਤ ਫਰਮਾਓ ਬੜੀ ਤਵੱਜੋ ਦੇ ਨਾਲ ਕਿ ਕੁਰਬਾਨੀ ਕਿਸ ਬੰਦੇ 'ਤੇ ਵਾਜਬ ਹੈ, ਕਿਹੜਾ ਉਹ ਬੰਦਾ ਜਿਹੜਾ ਕੁਰਬਾਨੀ ਕਰ ਸਕਦਾ, ਜਿਹਦੇ 'ਤੇ ਕੁਰਬਾਨੀ ਫਰਜ਼ ਹੈ, ਕੁਰਬਾਨੀ ਵਾਜਬ ਹੈ। ਮੈਂ ਤੁਹਾਨੂੰ ਉਹ ਬੰਦਾ ਦੱਸਾਂਗਾ, ਉਹ ਲੋਕ ਦੱਸਾਂਗਾ ਕਿ ਸ਼ਰੀਅਤ ਨੇ ਜਿਨ੍ਹਾਂ 'ਤੇ ਕੁਰਬਾਨੀ ਵਾਜਬ ਕਰਾਰ ਦਿੱਤੀ ਕਿ ਇਸ ਬੰਦੇ 'ਤੇ ਕੁਰਬਾਨੀ ਵਾਜਬ ਹੈ, ਉਹ ਲੋਕ ਕਿਹੜੇ ਨੇ, ਉਹ ਬੰਦੇ ਕਿਹੜੇ ਨੇ, ਉਹ ਸੁਣ ਲਵੋ। ਪਹਿਲੇ ਨੰਬਰ 'ਤੇ ਕੁਰਬਾਨੀ ਜਿਸ ਬੰਦੇ 'ਤੇ ਵਾਜਬ ਹੈ ਉਹਦਾ ਮੁਸਲਮਾਨ ਹੋਣਾ ਜ਼ਰੂਰੀ ਹੈ, ਲਾਜ਼ਮ ਹੈ, ਮੁਸਲਮਾਨ ਹੋਵੇ, ਕਲਮਾ ਗੋ ਹੋਵੇ, ਨੰਬਰ 1। ਨੰਬਰ 2, ਉਹ ਆਕਲ ਹੋਵੇ, ਅਕਲ ਵੀ ਰੱਖਦਾ ਹੋਵੇ। ਪਾਗਲ 'ਤੇ ਕੁਰਬਾਨੀ ਵਾਜਬ, ਗੈਰ ਮੁਸਲਿਮ 'ਤੇ ਕੁਰਬਾਨੀ ਵਾਜਬ। ਬੜੀ ਤਵੱਜੋ ਨਾਲ ਤੁਸੀਂ ਮਸਲਾ ਸੁਣਨਾ ਅਤੇ ਫਿਰ ਇਨਸ਼ਾਅੱਲਾ ਤੁਹਾਡੇ ਇਲਮ ਵਿੱਚ ਵੀ, ਸ਼ਾਊਰ ਵਿੱਚ ਵੀ ਇਜ਼ਾਫਾ ਹੋਵੇਗਾ। ਪਹਿਲੇ ਨੰਬਰ 'ਤੇ ਬੰਦਾ ਮੁਸਲਮਾਨ ਹੋਵੇ, ਗੈਰ ਮੁਸਲਿਮ 'ਤੇ ਕੁਰਬਾਨੀ ਵਾਜਬ ਨਹੀਂ। ਦੂਸਰੇ ਨੰਬਰ 'ਤੇ ਬੰਦਾ ਆਕਲ ਹੋਵੇ, ਅਕਲਮੰਦ ਹੋਵੇ, ਬਾਸ਼ਾਊਰ ਹੋਵੇ। ਪਾਗਲ ਬੰਦੇ 'ਤੇ, ਸਾਈਂ ਬੰਦੇ 'ਤੇ, ਜਿਹਨੂੰ ਅਸੀਂ ਕਹਿੰਦੇ ਯਾਰ ਬੰਦਾ ਇੰਜੀ ਹੈ, ਸਿੱਧਾ ਸਾਧਾ, ਉਸ ਬੰਦੇ 'ਤੇ ਵੀ ਕੁਰਬਾਨੀ ਵਾਜਬ ਨਹੀਂ, ਅਕਲਮੰਦ 'ਤੇ ਕੁਰਬਾਨੀ ਵਾਜਬ ਹੈ। ਨੰਬਰ 3, ਬਾਲਗ ਹੋਵੇ, ਨਾਬਾਲਗ 'ਤੇ ਵੀ ਕੁਰਬਾਨੀ ਵਾਜਬ ਨਹੀਂ। ਕਿ ਬੰਦਾ ਬੱਚਾ 10 ਸਾਲ ਦਾ, ਜਾਂ ਬੱਚਾ 11 ਸਾਲ ਦਾ, ਜਾਂ ਬੱਚਾ 8-9 ਸਾਲ ਦਾ, ਛੋਟਾ ਬੱਚਾ ਹੈ, ਉਹਦੇ 'ਤੇ ਕੁਰਬਾਨੀ ਵਾਜਬ ਨਹੀਂ, ਉਹਦੀ ਕੁਰਬਾਨੀ ਕੋਈ ਨਹੀਂ। ਕੁਰਬਾਨੀ ਉਹਦੇ 'ਤੇ ਵਾਜਬ ਹੋਵੇਗੀ ਜਿਹੜਾ ਬਾਲਗ ਹੋਵੇਗਾ, ਵੱਡਾ ਬੰਦਾ, ਜਿਹੜਾ ਬਾਲਗ ਸਮਝਦੇ ਪਏ ਹੋ ਨਾ ਬਾਲਗ, ਉਹ 11 ਸਾਲ 'ਚ ਹੋ ਜਾਏ, 15 ਸਾਲ 'ਚ ਹੋ ਜਾਏ, 16 ਸਾਲ 'ਚ ਬੱਚਾ ਜਦੋਂ ਉਹਨੂੰ ਇਤਲਾਮ ਸ਼ੁਰੂ ਹੋ ਜਾਂਦਾ ਤਾਂ ਉਹ ਬਾਲਗ ਹੋ ਜਾਂਦਾ, ਉਹ ਜਿੰਨੀ ਮਰਜ਼ੀ ਵੀ ਉਮਰ ਹੋਵੇ। ਬਾਲਗ 'ਤੇ ਕੁਰਬਾਨੀ ਵਾਜਬ ਹੈ, ਨਾਬਾਲਗ 'ਤੇ ਕਈ ਮੰਨਦੇ ਜਾਂ ਮੈਂ ਬੱਚੇ ਦੀ ਵੀ ਕੁਰਬਾਨੀ ਹੈ, ਇਹਦੇ ਨਾਂ ਦੀ ਵੀ ਕੁਰਬਾਨੀ ਹੈ, ਬੱਚੇ ਦੀ ਕੁਰਬਾਨੀ ਨਹੀਂ। ਜਿਹੜਾ ਵੱਡਾ ਬਾਲਗ ਹੈ ਪਹਿਲਾਂ ਉਹਦੇ ਨਾਂ ਦੀ ਕੁਰਬਾਨੀ ਕਰੋ, ਅਗਰ ਜ਼ਿਆਦਾ ਹੋ ਗਈਆਂ ਤਾਂ ਫਿਰ ਤੁਸੀਂ ਬੱਚੇ ਦਾ ਹਿੱਸਾ ਰੱਖ ਸਕਦੇ ਹੋ, ਵਗਰਨਾ ਜਿਹੜੇ ਬਾਲਗ ਨੇ ਉਹਨਾਂ ਦੇ ਨਾਂ ਦੀ ਕੁਰਬਾਨੀ ਰੱਖੋ। ਅਗਲਾ ਮਸਲਾ, ਅਗਲੀ ਚੀਜ਼, ਮੁਸਲਮਾਨ ਹੋਵੇ, ਆਕਲ ਹੋਵੇ, ਬਾਲਗ ਹੋਵੇ ਅਤੇ ਗੈਰੇ ਮੁਸਾਫਿਰ ਹੋਵੇ, ਮੁਸਾਫਰ ਨਾ ਹੋਵੇ, ਮੁਸਾਫਰ 'ਤੇ ਵੀ ਕੁਰਬਾਨੀ ਵਾਜਬ ਨਹੀਂ। ਵੀ ਇੱਕ ਬੰਦਾ 2 ਦਿਨ ਇੱਥੇ ਰਹਿੰਦਾ ਪਿਆ, 4 ਦਿਨ ਉੱਥੇ ਰਹਿੰਦਾ ਪਿਆ, ਅਗਲੇ ਦਿਨ ਉੱਥੇ ਟੁਰ ਗਿਆ, ਮੁਸਾਫਰ 'ਤੇ ਵੀ ਕੁਰਬਾਨੀ ਵਾਜਬ ਨਹੀਂ। ਮੁਸਾਫਰ ਨਾ ਹੋਵੇ, ਗੈਰੇ ਮੁਸਾਫਿਰ ਹੋਵੇ, ਉਹਦੇ 'ਤੇ ਕੁਰਬਾਨੀ ਲੱਗੇਗੀ। ਅਗਰ ਬੰਦਾ ਮੁਸਾਫਿਰ ਹੈ ਤਾਂ ਉਹਦੇ 'ਤੇ ਕੁਰਬਾਨੀ ਵਾਜਬ ਨਹੀਂ। ਹੁਣ ਕੁਰਬਾਨੀ ਦਾ ਨਿਸਾਬ ਕੀ ਹੈ, ਇਹ ਵੀ ਸੁਣ ਲਓ। ਵੇ ਕਿੰਨੇ ਪੈਸੇ ਹੋਣ, ਕਿੰਨਾ ਮਾਲ ਹੋਵੇ ਤਾਂ ਫਿਰ ਬੰਦਾ ਕੁਰਬਾਨੀ ਦੇ ਸਕਦਾ, ਅਤੇ ਉਹਦੇ ਤੋਂ ਥੋੜ੍ਹਾ ਹੋਵੇ ਤਾਂ ਫਿਰ ਬੰਦਾ ਕੁਰਬਾਨੀ ਉਹਦੇ 'ਤੇ ਵਾਜਬ ਜ਼ਰੂਰੀ ਫਰਜ਼ ਨਹੀਂ। ਇਹ ਸੁਣ ਲਵੋ, 7.5 ਤੋਲੇ ਸੋਨਾ, ਇਹ ਬੜੀ ਤਵੱਜੋ ਨਾਲ ਮਸਲਾ ਸੁਣਿਓ ਹੋਸ਼ ਕਰਕੇ, 7.5 ਤੋਲੇ ਸੋਨਾ ਹੋਵੇ ਜਾਂ 52.5 ਤੋਲੇ ਚਾਂਦੀ ਹੋਵੇ, 50 ਅਤੇ 2 52, 7.5 ਤੋਲੇ ਸੋਨਾ ਹੋਵੇ ਜਾਂ 52.5 ਤੋਲੇ ਚਾਂਦੀ ਹੋਵੇ, ਜਾਂ ਇਹਦੇ ਮਿਕਦਾਰ ਪੈਸੇ ਹੋਣ ਜਾਂ ਰਕਮ ਹੋਵੇ, ਜਿਹੜਾ ਮਾਲ ਹੈ ਸੋਨਾ ਜਾਂ ਚਾਂਦੀ ਹੈ, ਸੋਨਾ ਕਿੰਨਾ ਉਹ ਵੀ ਦੱਸ ਦਿੱਤਾ, ਚਾਂਦੀ ਕਿੰਨੀ ਉਹ ਵੀ ਦੱਸ ਦਿੱਤੀ ਹੈ, ਇਹਦੇ ਮਿਕਦਾਰ ਅਗਰ ਪੈਸੇ ਨੇ ਤਾਂ ਫਿਰ ਵੀ ਉਸ ਬੰਦੇ 'ਤੇ ਕੁਰਬਾਨੀ ਲੱਗੇਗੀ। ਇਹ ਤਾਂ ਸੋਨਾ ਚਾਂਦੀ ਹੈ ਨਾ, ਇਸ ਤੋਂ ਇਲਾਵਾ ਇੱਕ ਚੀਜ਼ ਹੈ, ਸ਼ਰੀਅਤ ਕਹਿੰਦੀ ਹੈ, ਫਿਕਾ ਕਹਿੰਦੀ ਹੈ ਕਿ ਹਾ ਜਾਤੇ ਅਸਲੀਆ, ਮਸਲਨ ਜਿਹੜਾ ਤੁਹਾਡੇ ਇਸਤੇਮਾਲ ਵਿੱਚ ਜਿਹੜੀ ਚੀਜ਼ ਆ ਰਹੀ ਹੈ ਉਸ ਤੋਂ ਇਲਾਵਾ, ਇਹ ਬੜਾ ਜ਼ਰੂਰੀ ਮਸਲਾ ਜੇ ਬੰਦਿਆਂ ਕੋਲ ਇੰਨਾ ਮਾਲ ਵੀ ਹੁੰਦਾ, ਇੰਨੇ ਪੈਸੇ ਵੀ ਹੁੰਦੇ ਨੇ ਅਤੇ ਬੰਦੇ ਕੁਰਬਾਨੀ ਨਹੀਂ ਕਰਦੇ, ਬੰਦੇ ਕਹਿੰਦੇ ਨੇ ਸਾਡੇ 'ਤੇ ਤਾਂ ਫਰਜ਼ ਹੀ ਕੋਈ ਨਹੀਂ,
ਸਾਡੇ ਤੇ ਲੱਗਦੀ ਕੋਈ ਨਹੀਂ। ਹੁਣ ਤੁਸੀਂ ਮਸਲਾ ਸੁਣ ਕੇ ਤੇ ਆਪੀ ਵੰਡ ਕਰਨੀ ਹੈ ਵੀ ਕਿਤੇ ਕਿਤੇ ਤੇ ਲੱਗਦੀ ਹੈ ਤੇ ਕਿਤੇ ਕਿਤੇ ਤੇ ਨਹੀਂ ਲੱਗਦੀ। ਅਗਰ ਇੱਕ ਬੰਦੇ ਕੋਲ ਇੰਨਾ ਸਮਾਨ ਹੈ, ਐਜ਼ ਅ ਮਸਲਾ ਸੁਣਿਓ, ਹਾਜਤ ਅਸਲੀਆ, ਹਾਜਤ ਅਸਲੀਆ ਉਹਨੂੰ ਕਹਿੰਦੇ ਨੇ ਕਿ ਹਾਜਤ ਤੋਂ ਇਲਾਵਾ ਜਿਹੜਾ ਸਮਾਨ ਹੋਵੇ। ਮਸਲਨ ਇੱਕ ਬੰਦੇ ਨੇ ਤਿੰਨ ਬੈੱਡ ਬਣਾ ਕੇ ਰੱਖੇ ਨੇ, ਸੁਣੋ ਹੁਣ ਮਸਲਾ, ਇਹਦੀ ਗਹਿਰਾਈ ਤੱਕ ਜਾਇਓ। ਇੱਕ ਬੰਦੇ ਨੇ ਤਿੰਨ ਬੈੱਡ ਘਰ ਦੇ, ਮੈਂ ਮਿਸਾਲ ਦੇ ਰਿਹਾ, ਬਣਾ ਕੇ ਰੱਖੇ ਨੇ, ਇੱਕ ਬੈੱਡ ਇਸਤੇਮਾਲ ਹੋ ਰਿਹਾ, ਦੋ ਫਜ਼ੂਲ ਹੀ ਪਹਿਲਾਂ ਹੀ ਬਣਾ ਕੇ ਰੱਖ ਛੱਡੇ ਨੇ, ਆਪੇ ਫਿਰ ਇਸਤੇਮਾਲ ਕਰਾਂਗੇ। ਉਹ ਜਿਹੜਾ ਫਜ਼ੂਲ ਮਾਲ ਹੈ ਨਾ, ਫਜ਼ੂਲ ਸਮਾਨ, ਉਹਦੇ 'ਤੇ ਵੀ ਕੁਰਬਾਨੀ ਵਾਜਬ ਹੋਵੇਗੀ ਉਸ ਬੰਦੇ 'ਤੇ ਵੀ। ਅਗਰ ਉਹਦੇ ਪੈਸੇ ਮਸਲਨ ਦੋ ਬੈੱਡ ਨੇ, ਜਾਂ ਕਿਸੇ ਬੰਦੇ ਨੇ ਐਂ ਜੀ ਫਜ਼ੂਲ ਸਮਾਨ ਰੱਖ ਛੱਡਿਆ, ਉਹ ਇਸਤੇਮਾਲ ਨਹੀਂ ਕਰਦਾ ਪਿਆ, ਲੇਕਿਨ ਉਹਦੀ ਮਿਕਦਾਰ ਅਗਰ ਪੈਸੇ ਲਾਏ ਜਾਣ ਤਾਂ ਉਹ ਚਾਂਦੀ ਦੇ ਬਰਾਬਰ ਹੋ ਜਾਣ ਜਾਂ ਸੋਨੇ ਦੇ ਬਰਾਬਰ ਹੋ ਜਾਣ। ਚਾਂਦੀ ਦਾ ਹਿਸਾਬ ਲਾਇਆ ਜਾਏ ਤਾਂ ਤਕਰੀਬਨ 80 ਤੋਂ 90 ਹਜ਼ਾਰ ਦੇ ਦਰਮਿਆਨ, 52.5 ਤੋਲੇ ਚਾਂਦੀ ਦਾ, ਮਸਲਨ 1 ਲੱਖ ਤੋਂ 80 ਤੋਂ 1 ਲੱਖ ਦੇ ਦਰਮਿਆਨ ਲਾ ਲਓ, ਕਿ ਜਿਸ ਬੰਦੇ ਦੇ ਕੋਲ 80 ਹਜ਼ਾਰ ਤੋਂ ਲੈ ਕੇ 1 ਲੱਖ ਰੁਪਈਆ ਉਹਦੇ ਕੋਲ ਹੋਵੇ ਅਤੇ ਉਹਦੇ 'ਤੇ ਕਰਜ਼ਾ ਨਾ ਹੋਵੇ, ਸੁਣ ਲਓ, ਫਿਰ ਜਿਸ ਬੰਦੇ ਕੋਲ ਇੰਨੇ ਪੈਸੇ ਹੈ ਨੇ ਚਾਂਦੀ ਦੀ ਮਿਕਦਾਰ ਦੇ ਬਰਾਬਰ, 80 ਹਜ਼ਾਰ 90 ਹਜ਼ਾਰ ਲੱਖ ਰੁਪਇਆ ਉਹਦੇ ਕੋਲ ਮੌਜੂਦ ਹੈ, ਖਰਚੇ ਤੋਂ ਇਲਾਵਾ ਉਹਦੇ ਕੋਲ ਮੌਜੂਦ ਹੈ, ਪਿਆ ਬੈਂਕ ਵਿੱਚ, ਉਹਦੇ ਅਕਾਊਂਟ ਵਿੱਚ ਪਿਆ, ਉਹਦੇ 'ਤੇ ਕੁਰਬਾਨੀ ਵਾਜਬ ਹੈ। ਅਸੀਂ ਆਨੇ ਜਿਹਦੇ ਕੋਲ 5-7 ਲੱਖ ਰੁਪਇਆ ਹੋਏ ਸ਼ਾਇਦ ਉਹ ਕੁਰਬਾਨੀ ਦੇਗਾ, ਨਹੀਂ। ਕੁਰਬਾਨੀ ਜਿਹਦੇ ਕੋਲ 1 ਲੱਖ ਰੁਪਇਆ ਮੌਜੂਦ ਇਜ਼ਾਫੀ ਪਿਆ, ਬੈਂਕ ਵਿੱਚ ਪਿਆ ਜਾਂ ਉਹਦੇ ਕੋਲ ਪਿਆ, ਜਾਂ ਉਹਦੇ ਕੋਲ ਕੋਈ ਇਜ਼ਾਫੀ ਸਮਾਨ, ਅਸੀਂ ਘਰਾਂ ਵਿੱਚ ਇਜ਼ਾਫੀ ਸਮਾਨ ਬਣਾ ਛੱਡਦੇ ਹਾਂ, ਭਾਂਡਿਆਂ ਦੇ ਸੈੱਟ ਲੈ ਕੇ ਰੱਖ ਛੱਡੇ 5-5, 6-6, ਹੁਣ 20-20 ਹਜ਼ਾਰ ਦਾ ਸੈੱਟ ਹੈ, 25-25 ਹਜ਼ਾਰ ਦਾ, ਅਗਰ ਤੁਸੀਂ ਉਹਦੇ ਪੈਸੇ ਲਾਏ ਜਾਣ ਤਾਂ ਉਹ ਵੀ 80-90 ਹਜ਼ਾਰ ਲੱਖ ਰੁਪਇਆ ਬਣ ਜਾਂਦਾ। ਇਜ਼ਾਫੀ ਸਮਾਨ ਹੋਵੇ ਘਰ ਦੇ ਵਿੱਚ ਜਿਹੜਾ ਤੁਸੀਂ ਇਸਤੇਮਾਲ ਨਹੀਂ ਪੇ ਕਰਦੇ, ਇਜ਼ਾਫੀ ਗੱਡੀ ਹੋਵੇ, ਇਜ਼ਾਫੀ ਸਮਾਨ ਹੋਵੇ, ਇਜ਼ਾਫੀ ਬਰਤਨ ਹੋਣ, ਇਜ਼ਾਫੀ ਬਿਸਤਰੇ ਹੋਣ, ਇਜ਼ਾਫੀ ਕੋਈ ਵੀ ਚੀਜ਼ ਜਿਹੜਾ ਤੁਹਾਡੀ ਇਸਤੇਮਾਲ ਤੋਂ ਬਾਹਰ ਤੁਸੀਂ ਇਸਤੇਮਾਲ ਨਹੀਂ ਪੇ ਕਰਦੇ, ਅਤੇ ਉਹਦਾ ਹਿਸਾਬ ਲਾ ਕੇ ਅਗਰ ਉਹਦੇ ਪੈਸੇ ਚਾਂਦੀ ਦੇ ਬਰਾਬਰ ਬਣ ਜਾਣ, 80-90 ਹਜ਼ਾਰ ਲੱਖ ਰੁਪਇਆ ਬਣ ਜਾਏ, ਉਹ ਬੰਦਾ ਕੁਰਬਾਨੀ ਦੇਵੇਗਾ, ਨਾ ਦੇਵੇਗਾ ਤਾਂ ਗੁਨਾਹਗਾਰ ਹੋਵੇਗਾ। ਇਹ ਮਸਲਾ ਸੁਣ ਲਓ। ਹੁਣ ਕਈਆਂ ਬੰਦਿਆਂ 2-2 LCDs ਲੈ ਕੇ ਰੱਖੀਆਂ ਘਰ ਵਿੱਚ, LCD ਵੀ ਜਿਹੜੀ ਹੈ ਨਾ ਉਹ ਹਾਜਤ ਅਤੇ ਅਸਲੀਆ ਤੋਂ ਇਜ਼ਾਫੀ ਹੈ। ਇਸਲਾਮ ਨਹੀਂ ਕਹਿੰਦਾ ਵੀ ਤੁਸੀਂ ਐਡੀ LCD ਲਿਆ ਕੇ ਰੱਖੋ, ਅਗਰ 2 LCDs ਨੇ ਜਾਂ 3 LCDs ਲਿਆ ਕੇ ਰੱਖੀਆਂ ਨੇ, ਇਜ਼ਾਫੀ ਇਸਤੇਮਾਲ ਨਹੀਂ ਪੇ ਕਰਦੇ, ਉਸ ਬੰਦੇ 'ਤੇ ਵੀ ਕੁਰਬਾਨੀ ਲੱਗੇਗੀ, ਉਹ ਵੀ ਬੰਦਾ ਕੁਰਬਾਨੀ ਦੇਵੇਗਾ। ਸਾਡੇ ਘਰ ਇੰਨਾ ਇੰਨਾ ਸਮਾਨ ਹੁੰਦਾ ਸੀ, ਕਹਿੰਦਾ ਸਾਡੇ ਕੋਲ ਪੈਸੇ ਕੋਈ ਨਹੀਂ, ਸ਼ਰੀਅਤ ਕਹਿੰਦੀ ਪੈਸੇ ਕੋਈ ਨਹੀਂ, ਚੀਜ਼ਾਂ ਵੇਚ ਕੇ ਕੁਰਬਾਨੀ ਦੇ ਜਿਹੜੀਆਂ ਇਜ਼ਾਫੀ ਰੱਖੀਆਂ ਨੇ, ਅਗਰ ਨਾ ਦੇਵੇਂਗਾ ਤਾਂ ਤੂੰ ਅੱਲਾਹ ਦੀ ਅਦਾਲਤ ਵਿੱਚ ਮੁਜਰਮ ਹੋਵੇਂਗਾ। ਮੈਂ ਤੁਹਾਨੂੰ ਦੱਸਿਆ ਕਿ ਜਿਹਦੇ ਕੋਲ ਇੰਨੇ ਪੈਸੇ ਹੋਣ, 52.5 ਤੋਲੇ ਚਾਂਦੀ ਹਿਸਾਬ ਲਵਾ ਲਓ ਕਿਸੇ ਸੁਨਿਆਰੇ ਕੋਲੋਂ, ਕਿ 52.5 ਤੋਲੇ ਚਾਂਦੀ ਦੇ ਕਿੰਨੇ ਪੈਸੇ ਅੱਜ ਦੇ ਦੌਰ ਵਿੱਚ ਪੇ ਬਣਦੇ ਨੇ, ਅੱਜ ਦੇ ਦਿਨਾਂ ਵਿੱਚ, ਅਗਰ ਉਹਨੇ ਪੈਸੇ ਤੁਹਾਡੇ ਕੋਲ ਮੌਜੂਦ ਨੇ ਤਾਂ ਫਿਰ ਤੁਸੀਂ ਕੁਰਬਾਨੀ ਜ਼ਰੂਰੀ ਦੇਵੋਗੇ, ਤੁਹਾਡੇ 'ਤੇ ਵਾਜਬ ਹੋ ਗਈ ਹੈ, ਜਿਵੇਂ ਨਮਾਜ਼ ਫਰਜ਼ ਹੈ ਇੰਝ ਕੁਰਬਾਨੀ ਫਰਜ਼ ਹੋ ਗਈ ਹੈ। ਜੇ ਨਾ ਦੇਵੋਗੇ ਤਾਂ ਫਿਰ ਜਿਹੜਾ ਉਹ ਮੁਜਰਮ, ਫਿਰ ਅੱਲਾਹ ਦੀ ਅਦਾਲਤ ਵਿੱਚ ਜੁਰਮਦਾਰ ਹੋਵੋਗੇ। ਇਹ ਉਹ ਬੰਦੇ ਸਨ ਜਿਹੜਾ, ਕਈ ਐਸੇ ਬੰਦੇ ਨੇ ਜਿਹੜੇ ਕੁਰਬਾਨੀ ਨਹੀਂ ਦਿੰਦੇ, ਜਿਹੜੇ ਜਿਨ੍ਹਾਂ 'ਤੇ ਸਾਹਿਬ ਬਿਨ ਸਾਹਿਬ ਹੈ ਵੀ ਨੇ, ਜਿਹੜੇ ਅਸੀਂ ਸ਼ਿੱਕ ਵਿੱਚ ਆਉਂਦੇ ਵੀ ਨੇ, ਉਹ ਢਿੱਲ ਮੱਠ ਕਰ ਛੱਡਦੇ, ਉਹ ਕੋਈ ਗੱਲ ਨਹੀਂ ਅਗਲੇ ਸਾਲ ਦੇਵਾਂਗੇ। ਇਹ ਬੜਾ ਜ਼ਰੂਰੀ ਮਸਲਾ ਹੈ, ਇਹ ਫਰਜ਼ ਹੈ, ਕੋਈ ਇਹ ਨਫਲ ਨਹੀਂ ਕਿ ਤੁਸੀਂ ਦਿਓ ਤਾਂ ਠੀਕ ਹੈ ਅਤੇ ਨਾ ਦਿਓ ਤਾਂ ਕੋਈ ਗੱਲ ਨਹੀਂ। ਇਹ ਮੈਂ ਬੰਦੇ ਤੁਹਾਨੂੰ ਦੱਸ ਦਿੱਤੇ। ਅਗਲਾ ਮਸਲਾ ਸਮਾਧ ਫਰਮਾਓ, ਬੜਾ ਜ਼ਰੂਰੀ ਮਸਲਾ ਜੇ।